ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ, ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਹਾਦਾ ਨਾਰਾ, ਜੋ ਕਿ ਮਲੇਰਕੋਟਲਾ ਸਾਹਿਬ ਵਿਖੇ ਸਥਿਤ ਹੈ ਜੀ, ਦਰਸ਼ਨ ਕਰਨ ਆਏ ਹਾਂ ਅਤੇ ਇਸ ਤੇ ਆਪਾਂ ਅੱਜ ਦਰਸ਼ਨ ਕਰਾਂਗੇ ਜੀ। ਜਿਹੜਾ ਹਾਂ ਦਾ ਨਾਰਾ ਆ ਜੀ, ਇਹ ਹਾਂ ਦੇ ਨਾਰੇ ਪਿੱਛੇ ਬਹੁਤ ਵੱਡਾ ਇਤਿਹਾਸ ਆ ਜੀ। ਆਪਾਂ ਉਸ ਇਤਿਹਾਸ ਬਾਰੇ ਜਾਣਾਂਗੇ ਜੀ। ਤੇ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ, ਇਹਦੇ ਲਈ ਜਗ੍ਹਾ ਕਿਸ ਨੇ ਦਿੱਤੀ ਜੀ, ਆਪਾਂ ਉਸ ਬਾਰੇ ਵੀ ਜਾਣਾਂਗੇ। ਇਸ ਗੁਰਦੁਆਰੇ ਸਾਹਿਬ ਦਾ ਇਤਿਹਾਸ ਕੀ ਆ, ਆਪਾਂ ਉਸ ਬਾਰੇ ਵੀ ਜਾਣਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ। ਆਓ ਹੁਣ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਕਰਦੇ ਹਾਂ। ਆਜੋ ਜੀ, ਆਪਾਂ ਹੁਣ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ ਜੀ। ਬਹਿਲੋਲ ਲੋਧੀ ਜੀ ਜਦੋਂ ਦਿੱਲੀ ਨੂੰ ਜਿੱਤਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਤੂਫਾਨ ਆਉਣ ਕਾਰਨ ਉਹਨੂੰ ਰੁਕਣਾ ਪਿਆ, ਤਾਂ ਉਹ ਸ਼ੇਖ ਸਦਰੁਦੀਨ ਜੀ ਦੀ ਝੌਂਪੜੀ ਦੇ ਵਿੱਚ ਰੁਕਿਆ ਜੀ। ਉਹਨੇ ਬੇਨਤੀ ਕੀਤੀ ਸ਼ੇਖ ਸਦਰੁਦੀਨ ਜੀ ਨੂੰ ਵੀ ਮੈਂ ਦਿੱਲੀ ਜਿੱਤ ਸਕਾਂ, ਕੋਈ ਅਰਦਾਸ ਬੇਨਤੀ ਕਰਿਓ। ਅਤੇ ਜਦੋਂ ਬਹਿਲੋਲ ਲੋਧੀ ਨੇ ਦਿੱਲੀ ਜਿੱਤ ਲਈ ਸੀ ਤਾਂ ਉਹਨਾਂ ਨੇ ਸ਼ੇਖ ਸਦਰੁਦੀਨ ਜੀ ਨਾਲ ਆਪਣੀ ਧੀ ਦਾ ਵਿਆਹ ਕੀਤਾ ਜੀ। ਮਲੇਰਕੋਟਲਾ ਦੀ ਰਿਆਸਤ ਸ਼ੇਖ ਸਦਰੁਦੀਨ ਜੀ ਨੂੰ ਦਿੱਤੀ ਜੀ, ਅਤੇ ਫਿਰ ਮਲੇਰਕੋਟਲੇ ਦਾ ਮੁੱਢ ਬੰਨਿਆ ਸੀ ਜੀ। ਉਸ ਤੋਂ ਬਾਅਦ ਜੀ ਹੁਣ ਆਪਾਂ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ ਜੀ, ਇਹ ਗੁਰਦੁਆਰਾ ਸਾਹਿਬ ਆ ਹਾਂ ਦਾ ਨਾਰਾ ਜੀ। ਸ਼ੇਰ ਮੁਹੰਮਦ ਖਾਂ ਆਪਾਂ ਨੂੰ ਪਤਾ ਹੀ ਆ ਜੀ, ਜਿਨ੍ਹਾਂ ਦੇ ਹਾਂ ਦਾ ਨਾਰਾ ਮਾਰਿਆ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਜੀ ਨੀਹਾਂ ਵਿੱਚ ਚਿਣਨ ਦਾ ਵਜੀਦੇ ਵੱਲੋਂ, ਵਜ਼ੀਰ ਖਾਂ ਵੱਲੋਂ ਫਰਮਾਨ ਸੁਣਾਇਆ ਗਿਆ ਸੀ, ਤਾਂ ਸ਼ੇਰ ਮੁਹੰਮਦ ਖਾਂ ਵੀ ਉਸ ਸਭਾ ਦੇ ਵਿੱਚ ਮੌਜੂਦ ਸੀ। ਸ਼ੇਰ ਮੁਹੰਮਦ ਖਾਂ ਨੇ ਇਹ ਗੱਲ ਕਹੀ ਸੀ ਵੀ ਕੋਈ ਵੀ ਸ਼ਰ੍ਹਾਂ ਜਾਂ ਕਾਨੂੰਨ ਇਸ ਗੱਲ ਨੂੰ ਨਹੀਂ ਮੰਨਦਾ ਵੀ ਬੱਚਿਆਂ ਨੂੰ ਨੀਹਾਂ ਦੇ ਵਿੱਚ ਜਾਂ ਬੱਚਿਆਂ ਨੂੰ ਇੱਦਾਂ ਦੇ ਤਸੀਹੇ ਦਿੱਤੇ ਜਾਣ ਵੀ ਜੇ ਤੁਹਾਡੀ ਦੁਸ਼ਮਣੀ ਆ ਤਾਂ ਇਹਨਾਂ ਦੇ ਪਿਤਾ ਨਾਲ ਆ, ਬੱਚਿਆਂ ਨਾਲ ਤੁਹਾਡੀ ਕੋਈ ਦੁਸ਼ਮਣੀ ਨਹੀਂ, ਆਪਾਂ ਇਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਦੇ ਸਕਦੇ। ਪਰ ਉਹ ਵਜੀਦਾ ਵਜ਼ੀਰ ਖਾਂ ਨਹੀਂ ਮੰਨਿਆ, ਆਪਾਂ ਨੂੰ ਪਤਾ ਆ ਉਹਨੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਸਾਡੇ ਬਾਬਾ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਉਹਨੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ ਜੀ। ਅਤੇ ਉਹਨਾਂ ਦੀ ਯਾਦ ਵਿੱਚ, ਸ਼ੇਰ ਮੁਹੰਮਦ ਖਾਂ ਜੀ ਦੀ ਯਾਦ ਦੇ ਵਿੱਚ ਜੀ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਆ ਜੀ। ਜਿਹੜੀ ਇਸ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਆ ਜੀ, ਮਲੇਰਕੋਟਲਾ ਦੇ ਆਖਰੀ ਨਵਾਬ ਇਫਤਗਾਰ ਖਾਂ ਵੱਲੋਂ ਇਹ ਜਗ੍ਹਾ ਦਿੱਤੀ ਗਈ ਸੀ ਜੀ। ਅਤੇ 10ਵੇਂ ਪਾਤਸ਼ਾਹ ਨੂੰ ਜਦੋਂ ਪਤਾ ਲੱਗਿਆ ਸੀ ਜੀ ਵੀ ਸ਼ੇਰ ਮੁਹੰਮਦ ਖਾਂ ਨੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰਿਆ ਆ, ਤਾਂ 10ਵੇਂ ਪਾਤਸ਼ਾਹ ਨੇ ਜੀ ਇੱਕ ਸ਼੍ਰੀ ਸਾਹਿਬ ਭੇਂਟ ਕੀਤੀ ਸੀ, ਜਾਣੀ ਨੂਰੇ ਮਾਹੀ ਨੂੰ ਦਿੱਤੀ ਸੀ ਵੀ ਇਹ ਜਿਹੜੀ ਸ਼੍ਰੀ ਸਾਹਿਬ ਆ ਇਹ ਸ਼ੇਰ ਮੁਹੰਮਦ ਖਾਂ ਤੱਕ ਪਹੁੰਚਾਈ ਜਾਵੇ ਜੀ। ਮੇਨ ਰੋਡ ਦੇ ਉੱਤੇ ਬਣਿਆ ਹੋਇਆ ਸਥਾਨ ਆ ਜੀ, ਇਹ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ। ਜਦੋਂ ਕਦੇ ਵੀ ਤੁਸੀਂ ਮਲੇਰਕੋਟਲਾ ਸ਼ਹਿਰ ਦੇ ਵਿੱਚ ਆਵੋ ਤਾਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਿਓ ਜੀ। ਇਸ ਤੋਂ ਬਾਅਦ ਜੀ ਅਸੀਂ ਜਿਹੜੇ ਸ਼ੇਰ ਮੁਹੰਮਦ ਖਾਂ ਜੀ ਸੀਗੇ ਉਹਨਾਂ ਦਾ ਪਰਿਵਾਰ ਬਹੁਤ ਵੱਡਾ ਪਰਿਵਾਰ ਸੀ ਜੀ। ਉਹਨਾਂ ਦੀਆਂ ਕਬਰਾਂ ਇਸ ਮਲੇਰਕੋਟਲਾ ਰਿਆਸਤ ਵਿੱਚ ਹੀ ਬਣੀਆਂ ਹੋਈਆਂ ਹਨ। ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਆਪਾਂ ਉਹਨਾਂ ਕਬਰਾਂ ਨੂੰ ਦੇਖਾਂਗੇ ਜੀ, ਅਤੇ ਬਹੁਤ ਵੱਡਾ ਮਕਬਰਾ ਬਣਿਆ ਹੋਇਆ ਉਹਨੂੰ ਆਪਾਂ ਦੇਖਾਂਗੇ। ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਜੀ। ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਜੇਕਰ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਬਣੇ ਰਹੋ ਸਾਡੇ ਨਾਲ ਜੀ ਪੂਰੀ ਵੀਡੀਓ ਦੇ ਐਂਡ ਤੱਕ। ਤੁਹਾਨੂੰ ਉਹਨਾਂ ਕਬਰਾਂ ਦੇ ਵੀ ਦਰਸ਼ਨ ਕਰਾਵਾਂਗੇ ਅਤੇ ਬਹੁਤ ਵੱਡਾ ਉਹ ਮਕਬਰਾ ਬਣਿਆ ਹੋਇਆ ਕੀ ਲੋਕੇਸ਼ਨ ਹੈ ਉਹ ਵੀ ਤੁਹਾਨੂੰ ਦੱਸਾਂਗੇ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ।
ਆਪਾਂ ਸਭ ਨੇ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ ਜੀ। ਹੁਣ ਆਪਾਂ ਚੱਲਦੇ ਹਾਂ ਜੀ ਲੰਗਰ ਹਾਲ ਵੱਲ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਆਓ ਚੱਲੀਏ ਜੀ ਹੁਣ ਆਪਾਂ ਲੰਗਰ ਹਾਲ ਵੱਲ ਨੂੰ ਜੀ। ਸਰਸਾ ਦੇ ਕੰਢੇ 'ਤੇ ਜੀ ਪਰਿਵਾਰ ਵਿਛੜਨ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਜੀ ਜਿਨ੍ਹਾਂ ਸਥਾਨਾਂ ਤੋਂ ਹੁੰਦੇ ਹੋਏ ਜੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਨ ਜੀ, ਅਸੀਂ ਉਹਨਾਂ ਸਥਾਨਾਂ ਨੂੰ ਵੀ ਕਵਰ ਕੀਤਾ ਆ ਜੀ। ਅਸੀਂ ਉਹਨਾਂ ਦੇ ਦਰਸ਼ਨ ਕੀਤੇ ਨੇ, ਵੀਡੀਓ ਬਣਾਈਆਂ ਨੇ ਜੀ। ਸਾਡੇ ਚੈਨਲ 'ਤੇ ਜਾ ਕੇ ਜੀ ਤੁਸੀਂ ਉਹਨਾਂ ਸਥਾਨਾਂ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ। ਆਪਾਂ ਸਭ ਨੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ। ਹੁਣ ਆਪਾਂ ਚੱਲਦੇ ਹਾਂ ਜੀ ਮਲੇਰਕੋਟਲਾ ਰਿਆਸਤ ਦੇ ਸ਼ਾਹੀ ਮਕਬਰੇ ਵੱਲ। ਆਪਾਂ ਪਹੁੰਚੇ ਹਾਂ ਜੀ ਸ਼ਾਹੀ ਮਕਬਰਾ ਨਾਲ ਬਣੀ ਹੋਈ ਹੈ ਜੀ ਪੰਜਾਬ ਐਂਡ ਸਿੰਧ ਬੈਂਕ। ਆਓ ਚੱਲੀਏ ਜੀ ਅੰਦਰ ਨੂੰ। ਇਹ ਬਣਿਆ ਹੋਇਆ ਜੀ ਮਕਬਰਾ ਮਲੇਰਕੋਟਲਾ ਰਿਆਸਤ ਦੇ ਨਵਾਬਾਂ ਦਾ। ਇਹ ਬਣੀ ਹੋਈ ਹੈ ਜੀ ਨਵਾਬ ਇਫਤਿਹਾਰ ਖਾਂ ਅਲੀ ਖਾਨ ਜੀ ਦੀ ਕਬਰ ਬਣੀ ਹੋਈ ਹੈ ਜੀ। ਇਹ ਤੁਸੀਂ ਪੜ੍ਹ ਸਕਦੇ ਹੋ ਜਿਵੇਂ ਜਿਵੇਂ ਨਵਾਬ ਅਲੀ ਖਾਂ ਇਹਨਾਂ ਦੀ ਕਬਰ ਬਣੀ ਹੋਈ ਹੈ। ਜਿਹੜੀ ਉਹ ਕੁਛ ਉਰਦੂ ਚ ਲਿਖਿਆ ਆ ਉਹ ਪੜ੍ਹਨਾ ਨੀ ਆਉਂਦਾ ਆਪਾਂ ਨੂੰ। ਇਹ ਕਬਰਾਂ ਬਣੀਆਂ ਹੋਈਆਂ ਨੇ ਜਾਣੀ ਆ ਕਿਸੇ ਬੱਚੇ ਦੀ ਜਿਵੇਂ ਛੋਟੀ ਹੁੰਦੀ ਆ ਕਬਰ ਉਸ ਹਿਸਾਬ ਨਾਲ ਛੋਟੀਆਂ ਕਬਰਾਂ ਵਿੱਚ ਬਣੀਆਂ ਹੋਈਆਂ ਨੇ। ਜਾਣੀ ਇਹ ਪੂਰਾ ਏਰੀਆ ਕਬਰਸਤਾਨ ਆ, ਇਹ ਪੂਰੇ ਕਬਰਾਂ ਬਣੀਆਂ ਹੋਈਆਂ ਨੇ। ਜਿਹੜੇ ਸ਼ੇਰ ਮੁਹੰਮਦ ਖਾਨ ਜੀ ਸੀਗੇ ਜਿਹੜਾ ਉਹਨਾਂ ਦਾ ਪਰਿਵਾਰ ਸੀਗਾ ਉਹਨਾਂ ਦੇ ਪਰਿਵਾਰ ਦੀਆਂ ਇਹ ਸਾਰੀਆਂ ਕਬਰਾਂ ਬਣੀਆਂ ਹੋਈਆਂ ਨੇ ਜੀ ਇਸ ਜਗ੍ਹਾ ਦੇ ਵਿੱਚ। ਸ਼ੇਰ ਮੁਹੰਮਦ ਖਾਨ ਜੀ ਦੀ ਕਬਰ ਵੀ ਇਸ ਜਗ੍ਹਾ ਬਣੀ ਹੋਈ ਆ। ਆਪਾਂ ਦੇਖਦੇ ਹਾਂ ਦੇਖੋ ਇਹ ਕਿੰਨੀ ਪੁਰਾਣੀ ਇਤਿਹਾਸਕ ਇਮਾਰਤ ਆ ਇਹ, ਜਿਹੜੀ ਕੁਛ ਹਿੱਸਾ ਇਹਦਾ ਢਹਿ ਚੁੱਕਿਆ ਆ ਪਰ ਅੱਜ ਵੀ ਕੁਛ ਹਿੱਸਾ ਮੌਜੂਦ ਆ। ਇਹ ਕਬਰਾਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜੀ। ਆ ਜਿਵੇਂ ਦੇਖੋ ਤੁਸੀਂ ਦਿਲਾਵਰ ਅਲੀ ਖਾਂ ਇਹ ਉਹਨਾਂ ਦੀ ਜਗ੍ਹਾ ਬਣੀ ਹੋਈ ਆ। ਆ ਦੇਖੋ ਪੂਰੀਆਂ ਇਸ ਤਰ੍ਹਾਂ ਕਬਰਾਂ ਬਣੀਆਂ ਹੋਈਆਂ ਨੇ ਜੀ। ਕਿਹੜੀ ਕਬਰ ਬਣੀ ਹੋਈ ਆ ਤੁਸੀਂ ਦੇਖੋ ਉਸ ਸਮੇਂ ਦੀ ਪੇਂਟਿੰਗ ਹੋਈ ਹੋਈ ਆ, ਕੁਛ ਕੁਛ ਜਗ੍ਹਾ ਦੇ ਉੱਤੇ ਪੇਂਟਿੰਗ ਅੱਜ ਵੀ ਮੌਜੂਦ ਆ। ਇਹ ਕਲਰਿੰਗ ਕੀਤੀ ਹੋਈ ਆ ਉਸ ਸਮੇਂ ਜੀ। ਇਹ ਆਲੇ ਬਣਾਏ ਜਾਂਦੇ ਸੀ ਉਸ ਸਮੇਂ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਸੀ, ਇਹਨਾਂ ਦੇ ਵਿੱਚ ਰੋਸ਼ਨੀ ਲਈ ਦੀਵੇ ਵਗੈਰਾ ਜਾਂ ਲਾਂਟਰਨ ਵਗੈਰਾ ਰੱਖੀਆਂ ਜਾਂਦੀਆਂ ਸੀਗੀਆਂ ਜੀ। ਬਹੁਤ ਵੱਡਾ ਇਹ ਕਬਰਸਤਾਨ ਹੈ ਜੀ, ਜਾਣੀ ਉਹਨਾਂ ਦਾ ਪਰਿਵਾਰ ਜਿਹੜੇ ਸ਼ੇਰ ਮੁਹੰਮਦ ਖਾਂ ਜੀ ਸੀਗੇ ਜੀ ਜਿਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਜੀ ਤੇ ਦਸਵੇਂ ਪਾਤਸ਼ਾਹ ਨੇ ਉਹਨਾਂ ਨੂੰ ਉਹ ਮਿਲੇ ਨਹੀਂ ਸੀ, ਦਸਵੇਂ ਪਾਤਸ਼ਾਹ ਨੂਰਾ ਮਾਹੀ ਕੋਲ ਸ਼੍ਰੀ ਸਾਹਿਬ ਭੇਂਟ ਕੀਤੀ ਸੀ ਉਹਨਾਂ ਨੂੰ ਦਿੱਤੀ ਸੀਗੀ ਜੀ ਤੇ ਉਹਨਾਂ ਨੂੰ ਸਦਾ ਸਲਾਮਤ ਰਹਿਣ ਦੇ ਵਰਦਾਨ ਦਿੱਤੇ ਸਾਡੇ ਦਸਵੇਂ ਪਾਤਸ਼ਾਹ ਨੇ ਜੀ
ਛੋਟੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਰਾ ਮਾਰਿਆ ਜੀ ਉਹਨਾਂ ਨੇ। ਉਹਨਾਂ ਦੀ ਕਬਰ ਵੀ ਇਸ ਜਗ੍ਹਾ ਦੇ ਉੱਤੇ ਬਣੀ ਹੋਈ ਆ ਕਿ ਨਵਾਬ ਮਹਿਬੂਬ ਅਲੀ ਖਾਂ ਜੀ ਦੀ ਕਬਰ ਬਣੀ ਹੋਈ ਆ ਜੀ। ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਵਾਬ ਜੈਮਲ ਅਲੀ ਖਾਂ ਉਹਨਾਂ ਦੀ ਕਬਰ ਬਣੀ ਹੋਈ ਆ ਜੀ। ਨਵਾਬ ਸਿਕੰਦਰ ਅਲੀ ਖਾਂ ਇਹ ਉਹਨਾਂ ਦੀ ਕਬਰ ਬਣੀ ਹੋਈ ਆ। ਆਹ ਦੇਖੋ ਕੰਧਾਂ ਦੇ ਉੱਤੇ ਨਾ ਅਰਬੀ ਆ ਕਹਿੰਦੀ ਉਰਦੂ ਭਾਸ਼ਾ ਆ, ਦੇਖੋ ਕੰਧਾਂ ਦੇ ਉੱਤੇ ਲਿਖੀ ਹੋਈ ਆ ਜੀ। ਇਹ ਦੇਖੋ ਤੁਸੀਂ ਕਿੰਨਾ ਸੋਹਣੀ ਅੰਦਰ ਪੇਂਟਿੰਗ ਕੀਤੀ ਹੋਈ ਆ, ਕਿੰਨੇ ਸੋਹਣੇ ਉਹ ਡਿਜ਼ਾਇਨ ਬਣਾਏ ਹੋਏ ਨੇ ਪੂਰੀ ਬਿਲਡਿੰਗ ਦੇ ਵਿੱਚ। ਦੇਖੋ ਤੁਸੀਂ ਕੁਛ ਉਹ ਸਾਹਮਣੇ ਦੇਖੋ ਉਰਦੂ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਆ, ਕਹਿੰਦੀ ਬਹੁਤ ਵੱਡਾ ਇਹ ਕਬਰਿਸਤਾਨ ਬਣਿਆ ਹੋਇਆ, ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਆ ਜਾਓ ਆਪਾਂ ਚੱਲਦੇ ਹਾਂ। ਜਿਹੜਾ ਕਬਰਸਤਾਨ ਆ ਜੀ ਇਹਦੇ ਨਾਲ ਹੀ ਦੇਖੋ ਮਸਜਿਦ ਬਣੀ ਹੋਈ ਆ, ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਮਸਜਿਦ ਬਣਾਈ ਗਈ ਆ ਮੁਸਲਮਾਨ ਭਾਈਚਾਰੇ ਵੱਲੋਂ ਜੀ। ਨਵਾਬ ਵਿਕਰਮ ਅਲੀ ਖਾਂ ਜੀ, ਨਵਾਬ ਅਮੀਰ ਅਲੀ ਖਾਂ ਇਹ ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ ਵਿੱਚੋਂ। ਇਹ ਸਾਹਮਣੇ ਦੇਖੋ ਬਣੀਆਂ ਹੋਈਆਂ ਨੇ ਕਬਰਾਂ ਜੀ। ਆਹ ਦੇਖੋ ਕਿੰਨੀਆਂ ਕਬਰਾਂ ਬਣੀਆਂ ਹੋਈਆਂ ਇਸ ਜਗ੍ਹਾ ਦੇ ਉੱਤੇ ਜੀ। ਇੱਕ ਗੱਲ ਦੇਖੋ ਤੁਸੀਂ, ਕੁਛ ਕਬਰਾਂ ਉੱਚੀਆਂ ਨੇ, ਕੁਛ ਕਬਰਾਂ ਨੀਵੀਆਂ ਨੇ, ਕੁਛ ਕਬਰਾਂ ਛੋਟੀਆਂ ਨੇ ਜਿਹੜੀ ਬੱਚਿਆਂ ਦੀਆਂ ਹੋਣਗੀਆਂ। ਦੇਖੋ ਕਿੱਡਾ ਵੱਡਾ ਇਹ ਕਬਰਸਤਾਨ ਬਣਿਆ ਹੋਇਆ ਹੈ ਜੀ, ਬਹੁਤ ਏਰੀਏ ਦੇ ਵਿੱਚ ਫੈਲਿਆ ਹੋਇਆ ਕਬਰਸਤਾਨ ਆ ਜੀ ਇਹ। ਇਹ ਬਣੀ ਹੋਈ ਆ ਜੀ ਨਵਾਬ ਸ਼ੇਰ ਮੁਹੰਮਦ ਖਾਂ ਜੀ ਦੀ ਕਬਰ ਜੀ, ਇਸ ਜਗ੍ਹਾ ਦੇ ਉੱਤੇ ਬਣੀ ਹੋਈ ਆ 1672 ਤੋਂ 1712 ਤੱਕ ਜੀ। ਤੇ ਆਹ ਬਣੀ ਹੋਈ ਆ ਕਬਰ ਜੀ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਜੀ। ਸਭ ਨੇ ਮਿਲ ਕੇ ਜੀ ਗੁਰਦੁਆਰਾ ਸ਼੍ਰੀ ਹਾਂ ਦਾ ਨਾਰਾ ਮਲੇਰਕੋਟਲਾ ਸਾਹਿਬ ਵਿਖੇ ਅਤੇ ਇਹਨਾਂ ਕਬਰਾਂ ਦੇ ਜੋ ਕਿ ਸ਼ਾਹੀ ਕਬਰਿਸਤਾਨ ਬਣਿਆ ਹੋਇਆ, ਸ਼ਾਹੀ ਮਕਬਰਾ ਬਣਿਆ ਹੋਇਆ ਦੇ ਸਾਰਾ ਵਿਜ਼ਿਟ ਕਰ ਲਿਆ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਤੁਸੀਂ ਇਹਨਾਂ ਜਗ੍ਹਾ ਨੂੰ ਘੁੰਮ ਚੁੱਕੇ ਹੋ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ, ਜੇਕਰ ਨਹੀਂ ਘੁੰਮੇ ਤਾਂ ਇਹਨਾਂ ਨੂੰ ਆ ਕੇ ਜ਼ਰੂਰ ਵਿਜ਼ਿਟ ਕਰਿਓ ਜੀ। ਅਤੇ ਹੁਣ ਆਪਾਂ ਮਿਲਾਂਗੇ ਨਵੀਂ ਜਗ੍ਹਾ 'ਤੇ ਨਵੀਂ ਵੀਡੀਓ ਨਾਲ, ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ।